पठानकोट की सब्जी मंडी में सब्जी विक्रेता इन दिनों बेसहारा घूम रहे पशुओं से परेशान है। सब्जी विक्रेताओं का कहना है कि कई बार ये पशु हादसों का कारण बन चुके हैं, लोग घायल हो चुके हैं। कई बार निगम को इस बारे में बताया गया है, जिला प्रशासन को इस बारे में सूचित किया गया है, लेकिन कहीं भी सुनवाई नहीं हो रही। सब्जी विक्रेताओं ने प्रशासन से जल्द इस बारे में कोई समाधान निकालने की अपील की है। नमस्कार, मैं हां रंजना, तुसी वेख रहे हो टुडे हेडलाइंस। आए दिन सड़कों के उत्ते बेसहारा पशुओं के नाल जिहड़े ने सड़क हादसे होंदे नज़र आ रहे हैं, जिस तो बाद जिहड़े सरकारां ने वख-वख विरोधी पार्टियां जिहड़े अपनी राजनीतिक रोटियां सेकदियां नज़र आउंदियां। एक तस्वीर मैं तुहानूं दिखाउणा चाहांगी पठानकोट की सब्जी मंडी की। जी हाँ, तुसीं तस्वीरां विच देख सकते हो कि गाइयां का जिहड़ा झुंड है वह किवें बनिया होया। दस दईए कि सारियां जिन्नियां इत्थे पशु खड़े ने, बेसहारा पशु जिहड़े ने, इह सारा दिन सड़कां दे उत्ते घूमदे रहिंदे ने, ते उस दे नाल ही जिहड़ा है सब्जी मंडी दे विच वी आ के घूमदे रहिंदे ने, जिस तों बाद इत्थे दे दुकानदारां दा कहना हैगा कि सब्जियां दा वी काफ़ी नुकसान हुंदा, ते इस दे नाल नाल ही जान माल दा वी नुकसान लोकां नूं हो रिहा, ते जिस दे करके उहनां ने अपील कीती है सरकार अग्गे कि इन्हां गाइयां दा हल परमानेंटली कीता जाए, ताकि जिहड़ियां गाइयां सड़कां दे उत्ते घूमदियां ने जां फिर सब्जी मंडी दे अंदर आ के घूमदियां ने, सब्जी मंडी दे अंदर जिहड़े लोक सब्जी लै के आउंदे ने ਉਹ ਵੀ ਪਰੇਸ਼ਾਨ ਹੁੰਦੇ ਨੇ, ਉਹਦੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਜੀ। ਮੈਡਮ, ਜਿਹੜੀਆਂ ਗਾਈਆਂ ਵਾਰਾ ਘੁੰਮਦੀਆਂ, ਸਰਕਾਰ ਨੂੰ ਚਾਹੀਦਾ ਇੱਥੇ ਪੂਰੀ ਨਾਗ ਦੇ ਅੰਦਰ ਖੜਕੇ ਰੱਖਣ ਜੀ, ਕੰਟਰੋਲ ਕਰਕੇ ਰੱਖਣ, ਤੇ ਸਰਕਾਰ ਕਰਦੀ ਕੁਝ ਨਹੀਂ ਪਈ ਜੀ। ਹਾਂਜੀ, ਹਾਂ, ਸਰਕਾਰ ਨੂੰ ਕਹਿਤਾ ਜੀ ਕੰਟਰੋਲ ਕਰੇ ਪੂਰਾ ਪੂਰਾ। ਸਰ, ਗਊਸ਼ਾਲਾ ਕਈ ਵਾਰੀ ਫੜ ਕੇ ਖੜੀਆਂ ਉੱਥੇ ਗਊਸ਼ਾਲਾ, ਫਿਰ ਉੱਥੇ ਵਾਪਸ ਆ ਜਾਂਦੇ ਮਕਾਨ ਜਿਹੜੇ, ਜਿਹਨੇ ਗਾਈਆਂ ਖਵਾਈਆਂ ਲੈਣ ਦੇ ਜਾ ਕੇ ਪੈਸੇ ਪੂਏ ਦੇ, ਗਾਈ ਲੈਣ ਦੇ ਵਾਪਸ ਲਾ ਕੇ ਜੀ, ਉੱਥੇ ਪੈਸੇ ਪੂਏ ਦੇ ਕੇ ਸਾਰਾ ਵਾਪਸ ਲੈਂਦੇ ਆ। ਕਈ ਸ਼ਾਮੀ ਗਾਈਆਂ ਭੇਜ ਛੱਡਦੇ, ਸ਼ਾਮੀ ਇਹ ਘੁੰਮਾ ਕੇ ਲੈ ਜਾਂਦੇ ਘਰ, ਤਾਂ ਤੂੰ ਚੁੱਕ ਵੀ ਸਿਰੇ ਭੇਜਦੇ। ਸਰਕਾਰ ਇਹ ਕਹਿੰਦੇ ਇੱਥੇ ਪੂਰੀ ਨਾਕਬੰਦੀ ਕੀਤੀ ਜਾਏ ਜੀ। ਜ਼ਿਆਦਾ ਜੀ, ਇੱਕ ਆਰ ਦੀ ਹਰੀ ਸ਼ਾਹ ਤੇ ਅਖਬਾਰ ਬਣ ਰਿਹਾ, ਚੁੱਕ ਕੇ ਥੱਲੇ ਮਾਰਿਆ, ਐਸਾ ਮਰ ਗਿਆ ਜੀ। ਇੱਥੇ ਬਜ਼ੁਰਗ ਬੰਦਾ ਇੱਥੇ ਇੱਕ ਮਰਿਆ ਜੀ, ਲੁੱਡਾ ਸ਼ਾਹ ਦਾ, ਲੁੱਡਾ ਸ਼ਾਹ ਦਾ। ਸਬਜ਼ੀਆਂ ਕੋ ਨੁਕਸਾਨ ਹੋਤਾ, ਆਦਮੀ ਕੋ ਵੀ ਨੁਕਸਾਨ ਹੋਤਾ। ਮੈਡਮ ਜੀ, ਸਬਜ਼ੀ ਕੋ ਤੇ ਕੋਈ ਬਾਤ ਨਹੀਂ, ਨੁਕਸਾਨ ਤੋਂ ਹੈ ਹੀ ਆ, ਲੇਕਿਨ ਆਦਮੀ ਕੋ ਵੀ ਨੁਕਸਾਨ ਹੋਤਾ ਹੈ, ਮਾਰਤੇ ਆ ਆਦਮੀ ਕੋ। ਕੀ ਆ, ਪਹਿਲਾਂ ਦਾ ਕੋਈ ਹਾਦਸਾ ਇਦਾਂ ਦਾ ਹੋਇਆ ਹੋਏ? ਕਈ ਹੋਏ ਆ ਜੀ, ਆਰਤੀ ਮੰਡੀ ਮਰਿਆ ਹਰੀ ਸ਼ਾਹ, ਹਰੀ ਸ਼ਾਹ, ਕਈ ਆਰਤੀ ਐਸੇ, ਕਈ ਹੋਰ ਆ ਮਾਰ ਕੇ ਭਾਗ ਜਾਂਦੀ ਹੈ ਗਾਈ, ਕਿਆ ਕਰੇਗੀ। ਠੀਕ, ਕੀ ਮੰਗ ਕਰਦੇ ਨਹੀਂ ਇਹ ਲੋਕੋ ਕੇ ਘਰ ਕੀ ਵੀ ਗਾਈ ਹੈ ਜੀ, ਉਹ ਛੋੜ ਦਿੱਤੇ, ਦੂਧ ਦਾਦ ਨਿਕਾਲ ਕੇ ਗਾਈਓ ਆਵਾਰਾ ਛੋੜ ਦਿੱਤੇ ਆ, ਸ਼ਾਮ ਕੋ ਬੁਲਾ ਲੈਤੇ, ਸ਼ਾਮ ਕੋ ਲੈ ਜਾਂਦੇ ਆ। ਮੰਗ ਕੀ ਕਰਦੇ ਹੋ? ਮੰਗ ਇਹੀ, ਗਾਈ ਕੰਟਰੋਲ ਕਰੋ, ਇਨਕੋ ਜੁਰਮਾਨਾ ਲਗਾਓ ਜੋ ਗਾਈ ਛੋੜਤਾ ਹੈ। ਇੰਦਰਜੀਤ ਸਿੰਘ। ਹਾਂਜੀ ਸਰ, ਮੰਡੀ ਨਹੀਂ ਹੁੰਦਾ ਨਾ, ਨੁਕਸਾਨ ਹੁੰਦਾ ਹੀ ਆ ਸਾਨੂੰ ਮੈਡਮ। ਇੱਕ ਤਾਂ ਸਬਜ਼ੀ ਦਾ ਕਿਸੇ ਲਈ ਨੁਕਸਾਨ ਹੋ ਜਾਂਦਾ ਸਾਡਾ, ਅਤੇ ਪਲੱਸ ਕਿਸੇ ਵੇਲੇ ਸਾਨੂੰ ਆਪਣੀ ਜਾਨ ਦਾ ਨੁਕਸਾਨ ਪੈ ਜਾਂਦਾ, ਕਿਉਂਕਿ ਇਹ ਜਦੋਂ ਇਹਨਾਂ ਨੇ ਆਉਣਾ ਨਾ ਝੁੰਡ ਝੁੰਡ ਬਣਾ ਕੇ, ਇਹਨਾਂ ਨੇ ਵੇਖਣਾ ਕੁਛ ਨਹੀਂ ਇਹਨਾਂ ਨੇ, ਠੀਕ ਹੈ ਨਾ, ਕੋਈ ਥੱਲੇ ਆ ਗਿਆ, ਕੋਈ ਸਬਜ਼ੀ ਨੁਕਸਾਨ ਕਰਤਾ, ਅਤੇ ਮੈਂ ਗੌਰਮੈਂਟ ਮੈਂ ਕੁਛ ਨਹੀਂ ਕਰਦੀ ਇਹਨਾਂ ਬਾਰੇ। ਤੁਹਾਡੇ ਸਾਹਮਣੇ ਦੇਖੋ ਕਿੰਨੀ ਗਿਣਤੀ 'ਚ ਫਿਰਦੇ ਪਏ ਆ, ਕੋਈ ਇੱਕ ਜਾਂ ਦੋ ਚਾਰ ਨਹੀਂ ਹੈਗੇ। ਹਾਂਜੀ, ਸਰਕਾਰ ਕੋਲ ਇਹੀ ਮੰਗ ਆ ਕਿ ਇਹਨਾਂ 'ਤੇ ਕੰਟਰੋਲ ਕਰਨਾ ਚਾਹੀਦਾ, ਇਹਨਾਂ ਨੂੰ ਲੈ ਕੇ ਇੱਥੋਂ ਕਿਤੇ ਹੋਰ ਲੈ ਕੇ ਜਾਣ, ਇੱਥੋਂ ਗੱਡੀਆਂ 'ਚ ਪਾ ਕੇ, ਅਤੇ ਠੀਕ ਹੈ, ਅਤੇ ਲੋਕਾਂ ਦੀ ਘਰਾਂ ਵਾਲੇ ਲੋਕ ਛੱਡ ਦਿੰਦੇ ਆਪਣੀ ਗਾਈਆਂ, ਅਤੇ ਜਦੋਂ ਸ਼ਾਮ ਨੂੰ ਦੁੱਧ ਦਾ ਟਾਈਮ ਹੋ ਜਾਂਦਾ ਉਦੋਂ ਲੈ ਜਾਂਦੇ ਆ, ਅਤੇ ਸਵੇਰੇ ਛੱਡ ਦਿੰਦੇ ਆ, ਉਹਨਾਂ ਦਾ ਸਾਨੂੰ ਨੁਕਸਾਨ ਹੁੰਦਾ ਕਾਫੀ। ਐਂਡ ਪ੍ਰੋਮੋਟਰਸ, ਵਾਰਡ ਨੰਬਰ 11, ਨੀਅਰ ਨੋਬਲਟੀ ਮਾਲ, ਮਾਮੂਨ ਰੋਡ, ਪਠਾਨਕੋਟ। ਕੰਟੈਕਟ ਅਸ ਓਨ 9540066113।